ਐਲਵਿਸ਼ ਆਰਮੀ ਦੇ ਲਈ ਬੇਹੱਦ ਖੁਸ਼ਖਬਰੀ ਭਰੀ ਖਬਰ ਸਾਹਮਣੇ ਆ ਰਹੀ ਹੈ। ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਥੋੜ੍ਹੀ ਦੇਰ 'ਚ ਹੀ ਐਲਵਿਸ਼ ਯਾਦਵ ਜੇਲ੍ਹ 'ਚੋਂ ਰਿਹਾਅ ਹੋ ਜਾਣਗੇ। ਨੋਇਡਾ ਕੋਰਟ ਨੇ ਫੈਸਲਾ ਸੁਣਾਇਆ ਹੈ। ਐਲਵਿਸ਼ ਯਾਦਵ ਅਤੇ ਉਸਦੇ ਸਾਥੀਆਂ ਨੂੰ ਜ਼ਮਾਨਤ ਮਿਲ ਗਈ ਹੈ। ਮਾਪਿਆਂ ਨੂੰ ਮਸਾ ਸਕੂਨ ਮਿਲਿਆ ਹੈ। 17 ਮਾਰਚ ਤੋਂ ਐਲਵਿਸ਼ ਯਾਦਵ ਜੇਲ੍ਹ ਦੇ ਵਿੱਚ ਬੰਦ ਸੀ। 17 ਮਾਰਚ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਅਤੇ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਨੋਇਡਾ ਕੋਰਟ ਨੇ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਐਲਵਿਸ਼ ਯਾਦਵ ਨੂੰ। ਅਤੇ ਹੁਣ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਦੇ ਵਕੀਲ ਦੇ ਵੱਲੋਂ ਬਿਆਨ ਦੇ ਕੇ ਪੁਸ਼ਟੀ ਕੀਤੀ ਗਈ ਹੈ ਕਿ 50,000 ਦੇ ਬੌਂਡ ਬਦਲੇ ਤਿੰਨਾਂ ਨੂੰ ਬੇਲ ਮਿਲ ਗਈ ਹੈ। ਐਲਵਿਸ਼ ਯਾਦਵ ਅਤੇ ਉਸਦੇ ਸਾਥੀਆਂ ਨੂੰ ਬੇਲ ਮਿਲ ਗਈ ਹੈ। ਤਾਂ ਨੋਇਡਾ ਦੀ ਲੁਕਸਰ ਜੇਲ੍ਹ ਦੇ ਵਿੱਚ ਬੰਦ ਸਨ ਐਲਵਿਸ਼ ਯਾਦਵ। ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ। ਪਿਛਲੇ ਸਾਲ ਇਹ ਮਾਮਲਾ ਨੋਇਡਾ ਦੇ ਸੈਕਟਰ 39 ਦੇ ਵਿੱਚ ਦਰਜ ਕੀਤਾ ਗਿਆ ਸੀ। ਦਰਅਸਲ ਇੱਕ ਰੇਪ ਪਾਰਟੀ ਹੋਈ ਜਿਸ ਦੇ ਵਿੱਚ ਵੈਨਮ ਯਾਨੀ ਕਿ ਸੱਪ ਦਾ ਜ਼ਹਿਰ ਜਿਸ ਦੇ ਨਾਲ ਨਸ਼ਾ ਹੁੰਦਾ ਹੈ ਉਹ ਡਿਸਟ੍ਰੀਬਿਊਟ ਕੀਤਾ ਗਿਆ। ਉਸ ਦੇ ਵਿੱਚ ਐਲਵਿਸ਼ ਯਾਦਵ ਦਾ ਨਾਮ ਸਾਹਮਣੇ ਆਇਆ, ਜਿਸ ਤੋਂ ਬਾਅਦ ਲਗਾਤਾਰ ਐਲਵਿਸ਼ ਯਾਦਵ ਚਰਚਾ ਦਾ ਵਿਸ਼ਾ ਬਣਾ ਰਹੇ। ਅਤੇ ਉਸੇ ਦੌਰਾਨ ਐਲਵਿਸ਼ ਯਾਦਵ ਦੀ ਮੈਕਸਟਨ ਨਾਮ ਦੇ ਯੂਟਿਊਬਰ ਦੇ ਨਾਲ ਵੀ ਲੜਾਈ ਹੋ ਜਾਂਦੀ ਹੈ ਅਤੇ ਬਿਗ ਬੌਸ OTT ਵੀ ਉਹ ਜਿੱਤ ਲੈਂਦੇ ਨੇ। ਇਸ ਤੋਂ ਬਾਅਦ ਲਗਾਤਾਰ ਐਲਵਿਸ਼ ਯਾਦਵ ਚਰਚਾ ਦਾ ਵਿਸ਼ਾ ਬਣੇ ਰਹੇ ਸੀ। ਤਾਂ ਹੁਣ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਫੈਨਸ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਟਵਿੱਟਰ 'ਤੇ ਐਲਵਿਸ਼ ਯਾਦਵ ਆਰਮੀ ਦੁਆਰਾ ਤੋਂ ਟ੍ਰੈਂਡ ਹੋਣ ਲੱਗ ਗਿਆ ਹੈ। ਤਾਂ 17 ਮਾਰਚ ਤੋਂ ਹਿਰਾਸਤ 'ਚ ਸਨ ਐਲਵਿਸ਼ ਯਾਦਵ। ਹੁਣ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ। ਲਗਾਤਾਰ ਐਲਵਿਸ਼ ਦੇ ਵਕੀਲ ਦੇ ਵੱਲੋਂ ਦਰਖਾਸਤ ਦਿੱਤੀ ਜਾ ਰਹੀ ਸੀ ਅਤੇ ਹੁਣ 50,000 ਦੇ ਬੌਂਡ ਬਦਲੇ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਥੋੜ੍ਹੀ ਹੀ ਦੇਰ ਦੇ ਵਿੱਚ ਐਲਵਿਸ਼ ਯਾਦਵ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਜਾਣਗੇ। ਤਾਂ ਵੱਡੀ ਖਬਰ ਹੈ। ਐਲਵਿਸ਼ ਆਰਮੀ ਦੇ ਲਈ ਬੇਹੱਦ ਖੁਸ਼ਖਬਰੀ ਭਰੀ ਖਬਰ ਸਾਹਮਣੇ ਆ ਰਹੀ ਹੈ। ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਥੋੜ੍ਹੀ ਦੇਰ 'ਚ ਹੀ ਐਲਵਿਸ਼ ਯਾਦਵ ਜੇਲ੍ਹ 'ਚੋਂ ਰਿਹਾਅ ਹੋ ਜਾਣਗੇ। ਨੋਇਡਾ ਕੋਰਟ ਨੇ ਫੈਸਲਾ ਸੁਣਾਇਆ ਹੈ। ਐਲਵਿਸ਼ ਯਾਦਵ ਅਤੇ ਉਸਦੇ ਸਾਥੀਆਂ ਨੂੰ ਜ਼ਮਾਨਤ ਮਿਲ ਗਈ ਹੈ। ਮਾਪਿਆਂ ਨੂੰ ਮਸਾ ਸਕੂਨ ਮਿਲਿਆ ਹੈ। 17 ਮਾਰਚ ਤੋਂ ਐਲਵਿਸ਼ ਯਾਦਵ ਜੇਲ੍ਹ ਦੇ ਵਿੱਚ ਬੰਦ ਸੀ। 17 ਮਾਰਚ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਅਤੇ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਨੋਇਡਾ ਕੋਰਟ ਨੇ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਐਲਵਿਸ਼ ਯਾਦਵ ਨੂੰ। ਅਤੇ ਹੁਣ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਉਹਨਾਂ ਦੇ ਵਕੀਲ ਦੇ ਵੱਲੋਂ ਬਿਆਨ ਦੇ ਕੇ ਪੁਸ਼ਟੀ ਕੀਤੀ ਗਈ ਹੈ ਕਿ 50,000 ਦੇ ਬੌਂਡ ਬਦਲੇ ਤਿੰਨਾਂ ਨੂੰ ਬੇਲ ਮਿਲ ਗਈ ਹੈ। ਐਲਵਿਸ਼ ਯਾਦਵ ਅਤੇ ਉਸਦੇ ਸਾਥੀਆਂ ਨੂੰ ਬੇਲ ਮਿਲ ਗਈ ਹੈ। ਤਾਂ ਨੋਇਡਾ ਦੀ ਲੁਕਸਰ ਜੇਲ੍ਹ ਦੇ ਵਿੱਚ ਬੰਦ ਸਨ ਐਲਵਿਸ਼ ਯਾਦਵ। ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ। ਪਿਛਲੇ ਸਾਲ ਇਹ ਮਾਮਲਾ ਨੋਇਡਾ ਦੇ ਸੈਕਟਰ 39 ਦੇ ਵਿੱਚ ਦਰਜ ਕੀਤਾ ਗਿਆ ਸੀ। ਦਰਅਸਲ ਇੱਕ ਰੇਪ ਪਾਰਟੀ ਹੋਈ ਜਿਸ ਦੇ ਵਿੱਚ ਵੈਨਮ ਯਾਨੀ ਕਿ ਸੱਪ ਦਾ ਜ਼ਹਿਰ ਜਿਸ ਦੇ ਨਾਲ ਨਸ਼ਾ ਹੁੰਦਾ ਹੈ ਉਹ ਡਿਸਟ੍ਰੀਬਿਊਟ ਕੀਤਾ ਗਿਆ। ਉਸ ਦੇ ਵਿੱਚ ਐਲਵਿਸ਼ ਯਾਦਵ ਦਾ ਨਾਮ ਸਾਹਮਣੇ ਆਇਆ, ਜਿਸ ਤੋਂ ਬਾਅਦ ਲਗਾਤਾਰ ਐਲਵਿਸ਼ ਯਾਦਵ ਚਰਚਾ ਦਾ ਵਿਸ਼ਾ ਬਣਾ ਰਹੇ। ਅਤੇ ਉਸੇ ਦੌਰਾਨ ਐਲਵਿਸ਼ ਯਾਦਵ ਦੀ ਮੈਕਸਟਨ ਨਾਮ ਦੇ ਯੂਟਿਊਬਰ ਦੇ ਨਾਲ ਵੀ ਲੜਾਈ ਹੋ ਜਾਂਦੀ ਹੈ ਅਤੇ ਬਿਗ ਬੌਸ OTT ਵੀ ਉਹ ਜਿੱਤ ਲੈਂਦੇ ਨੇ। ਇਸ ਤੋਂ ਬਾਅਦ ਲਗਾਤਾਰ ਐਲਵਿਸ਼ ਯਾਦਵ ਚਰਚਾ ਦਾ ਵਿਸ਼ਾ ਬਣੇ ਰਹੇ ਸੀ। ਤਾਂ ਹੁਣ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਫੈਨਸ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਟਵਿੱਟਰ ਤੇ ਐਲਵਿਸ਼ ਯਾਦਵ ਆਰਮੀ ਦੁਆਰਾ ਤੋਂ ਟ੍ਰੈਂਡ ਹੋਣ ਲੱਗ ਗਿਆ ਹੈ। ਤਾਂ 17 ਮਾਰਚ ਤੋਂ ਹਿਰਾਸਤ 'ਚ ਸਨ ਐਲਵਿਸ਼ ਯਾਦਵ, ਹੁਣ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ। ਲਗਾਤਾਰ ਐਲਵਿਸ਼ ਦੇ ਵਕੀਲ ਦੇ ਵੱਲੋਂ ਦਰਖਾਸਤ ਦਿੱਤੀ ਜਾ ਰਹੀ ਸੀ ਅਤੇ ਹੁਣ 50,000 ਦੇ ਬੋਂਡ ਬਦਲੇ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਥੋੜ੍ਹੀ ਹੀ ਦੇਰ ਦੇ ਵਿੱਚ ਐਲਵਿਸ਼ ਯਾਦਵ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਜਾਣਗੇ। ਤਾਂ ਵੱਡੀ ਖਬਰ ਹੈ।